ਅਸਲਾਮੁਅਲੈਕੁਮ, ਸੁਣਾਓ ਕੀ ਹਾਲ ਜੀ ਬਾਈ? ਹੋ ਠੀਕ ਠਾਕ ਜੀ? ਸਿਹਤ ਵੀ ਠੀਕ ਹੈ? ਮੈਂ ਯਾਰ ਬਾਬਾ ਦਿਨਾਂ ਵਲੋਗ ਨਹੀਂ ਬਣਾਇਆ, ਕਮਰੇ 'ਚ ਬੋਰ ਹੋਣੇ ਸੀ ਅਤੇ ਬਾਹਰ ਆਇਆ ਵਾਂ, ਤੇਰਾ ਸਾਹਮਣੇ ਪਾ ਰੱਖਿਆ ਅਤੇ ਆਹ ਸਾਈਡਾਂ 'ਤੇ ਰੈਂਟੇ ਕਰ ਰਹੇ, ਅੰਦਰ ਵੀ ਸਾਰੇ ਰੈਂਟੇ ਕਰ ਨੇ, ਉੱਤੇ ਬਿਲਡਿੰਗ 'ਚ ਮੇਰਾ ਰੂਮ ਆ, ਆਹ ਸਾਹਮਣੇ ਪਾ ਰੱਖਿਆ, ਤੁਹਾਨੂੰ ਦਿਖਾ ਦਿੰਦਾ ਵਾਂ। ਅਤੇ ਗਰਮੀ ਬੜੀ ਯਾਰ ਬਾਹਰ, ਬਾਕੀ ਇਹ ਵਾ ਗਰਮੀ ਬੜੀ ਆ, ਏਸੀ ਥੱਲੇ ਚੋਰੀ ਸਕੂਨ ਆ। ਬਾਕੀ ਅੱਜ ਦਾ ਵਲੋਗ ਤੁਹਾਡੇ ਨਾਲ ਸ਼ੇਅਰ ਕਰਾਂਗੇ, ਇਸ ਤਰ੍ਹਾਂ ਵੀ ਹੋਰ ਥੋੜ੍ਹੀ ਦੇਰ ਆ, ਠੰਡਾ ਹੁੰਦਾ ਵਾ ਮੌਸਮ, ਤੇ ਜਾਂਦੇ ਹਾਂ ਕਿਤੇ ਹੋਟਲ 'ਤੇ ਰੋਟੀ ਰੋਟੀ ਖਾਣ, ਅਤੇ ਨਾਲ ਨਾਲ ਤੁਹਾਨੂੰ ਦਿਖਾਵਾਂਗੇ। ਹੁਣ ਅਸੀਂ ਜਾ ਰਹੇ ਹਾਂ ਥੱਲੇ ਜਿਹੜਾ ਪਾਰਕਿੰਗ 'ਚ, ਅਤੇ ਇੱਥੋਂ ਜਾਈਦਾ ਹੈ ਪਾਰਕਿੰਗ 'ਚ ਥੱਲੇ, ਅਤੇ ਪਾਸਵਰਡ ਲਾਉਣਾ ਪੈਂਦਾ ਵਾ 9918। ਖੁੱਲ ਗਿਆ ਅੰਦਰ, ਖੁੱਲ ਗਿਆ ਜੀ ਦੂਜਾ ਦਰਵਾਜ਼ਾ, ਤੇ ਆਹ ਥੱਲੇ ਜਾ ਰਿਹਾ ਨਾ, ਇਹ ਪਾਰਕਿੰਗ ਵੱਲ ਰਾਹ ਜਾਂਦਾ ਜੇ, ਤੇ ਥੱਲੇ ਖਲੋਤੀ ਗੱਡੀ ਦੋਸਤ ਦੀ। ਗੱਡੀ ਚ ਪਾਣੀ ਪਾਉਣ ਲਈ, ਉੱਤੋਂ ਲਿਆਂਦਾ ਪਾਣੀ ਪਾਉਣ ਲਈ ਥੱਲੇ ਗੱਡੀ ਚ, ਹਾਂ ਗੱਡੀ ਚ ਪਾਣੀ ਪਾ ਦਿੱਤਾ। ਤੇ ਆਹ ਸਰਦਾਰ ਜੀ ਟੂਬਰ, ਰਾਤ ਨੂੰ ਇਹਨਾਂ ਨੂੰ ਵਿਖਾਵਾਂਗੇ, ਰਾਤ ਨੂੰ ਟੂਬਰ ਮਾਰਦੇ ਇਹਨਾਂ ਨਾਲ, ਕਿਤੇ ਚੱਲਦੇ ਹਾਂ ਯਾਰ ਅੱਜ ਰਾਤ ਨੂੰ। ਗੱਡੀ ਲਾ ਲਾ ਉਧਰ ਪਰੇ ਲਾ ਕਿਤੇ, ਹਾਂ ਵੀ ਸ਼ਹਿਜ਼ਾਦਿਆ ਚੱਲ ਜਾਣ ਦੇ ਜਾਣ ਦੇ। ਚਲੋ ਜੀ ਉਸਤਾਦ ਜੀ, ਠੀਕ ਹੈ ਚੌਧਰੀ, ਫਿਰ ਮੈਂ ਚੱਲਦਾ ਵਾਂ, ਹੈ ਉੱਤੇ ਰੂਮ 'ਚ ਜਾ ਕੇ ਮੈਂ ਰੈਸਟ ਮਾਰਦਾ ਵਾਂ, ਫਿਰ ਸ਼ਾਮ ਨੂੰ ਕੋਈ ਪਲਾਨ ਬਣਾਉਂਦੇ ਹੈ ਜਾਣ ਦਾ, ਠੀਕ ਹੈ? ਮੈਂ ਇਹਨਾਂ ਨੂੰ ਸਮਝਾ ਲਵਾਂ ਪਾਸਵਰਡ ਪੂਸਵਰਡ ਕਿੱਦਾਂ ਲਾਈ ਦੇ ਦੁਬਈ 'ਚ। ਆਹ ਦੁਬਈ ਖੁੱਲ ਗਿਆ ਜੀ, ਠੀਕ ਹੈ ਸਰ, ਹਾਂ ਬਟਨ ਹੁੰਦਾ ਨੱਬਿਆ, ਦਰਵਾਜ਼ਾ ਖੋਲ ਲਿਆ ਜੀ, ਆ ਜੇ ਰੂਮ, ਇੱਧਰੋਂ ਵੀ ਚਲੋ ਜੋ ਤੁਹਾਨੂੰ ਦਿਖਾ ਦਿੰਦਾ, ਅੱਗੋਂ ਲੈਫਟ ਹੈਂਡ 'ਤੇ ਮੇਰਾ ਰੂਮ ਆ, ਪਰ ਗੱਲ ਇਹ ਇਸ ਟਾਈਮ ਸੌਣ ਡੇ ਹੋਣੇ ਆ, ਅਤੇ ਮੈਂ ਜ਼ਰਾ ਬਾਹਰ ਜਾਣਾ ਵਾ, ਮੈਂ ਬੰਦੇ ਨੂੰ ਮਿਲਣਾ ਵਾ, ਮੈਂ ਉਹਨੂੰ ਮਿਲ ਲਵਾਂ, ਫਿਰ ਤੁਹਾਨੂੰ ਫਿਰ ਕਿਸੇ ਨੇ ਰੂਮ ਦਾ ਟੂਰ ਤਾਂ ਕਰਾਵਾਂਗਾ ਮੈਂ ਇਨਸ਼ਾ ਅੱਲਾਹ। ਚਲੀਏ ਫਿਰ ਜ਼ਰਾ ਸਾਈਡ ਨੂੰ, ਆਹ ਬਾਹਰ ਨੂੰ ਰਾਹ ਜਾਂਦਾ ਜੇ ਇੱਥੋਂ ਬਾਹਰ ਨੂੰ, ਅਤੇ ਜਾਣ ਤੁਹਾਨੂੰ ਮਿਲਦਾ ਮੈਂ ਚਾਹ ਪੀਣ ਜਵਾਂ ਜਾਣਾ। ਹਾਂਜੀ ਬਿਲਡਿੰਗ 'ਚੋਂ ਆ ਗਏ ਹਾਂ ਬਾਹਰ, ਅਤੇ ਪਹਿਲੇ ਪੜ੍ਹੀ ਹੈ ਨਮਾਜ਼, ਤਾਂ ਨਮਾਜ਼ ਪੜ੍ਹ ਕੇ ਫਿਰ ਲੈਂਦੇ ਹਾਂ ਚਾਹ, ਉੱਥੋਂ ਤਾਂ ਚਾਹ ਪੀਂਦੇ ਹਾਂ। ਆ ਜੇ ਬਾਹਰਲਾ ਮਾਹੌਲ, ਆਹ ਸਾਹਮਣੇ ਮਸਜਿਦ 'ਚ, ਇੱਥੋਂ ਨਮਾਜ਼ ਪੜ੍ਹਾਂਗੇ, ਨਮਾਜ਼ ਪੜ੍ਹ ਕੇ ਸਾਹਮਣੇ ਹੋਟਲ ਆ, ਉੱਥੋਂ ਚਾਹ ਲੈਂਦੇ ਹਾਂ, ਅਤੇ ਫਿਰ ਤੁਹਾਨੂੰ ਮਿਲਦੇ ਨਮਾਜ਼ ਪੜ੍ਹ ਕੇ। ਅਤੇ ਚਾਹ ਆ ਗਈ ਆ, ਅਤੇ ਪਈ ਚਾਹ ਪੀ ਰਹੇ ਹਾਂ, ਅਤੇ ਬਾਕੀ ਵਲੋਗ ਦਾ ਕਰਦੇ ਹਾਂ ਇੱਥੇ ਐਂਡ, ਅਗਲੇ ਵਲੋਗ 'ਚ ਇਨਸ਼ਾਅੱਲਾ ਤੁਹਾਨੂੰ ਮਿਲਾਂਗੇ, ਅਤੇ ਜੇ ਰਾਤ ਨੂੰ ਅਸੀਂ ਕਿਤੇ ਗਏ ਘੁੰਮਣ ਫਿਰਨ, ਤੁਹਾਨੂੰ ਜ਼ਰੂਰ ਨਾਲ ਇੰਜੋਏ ਕਰਾਵਾਂਗੇ, ਦੁਬਈ ਪੂਰਾ ਨਜ਼ਾਰਾ ਦਿਖਾਵਾਂਗੇ ਤੁਹਾਨੂੰ। ਓਕੇ, ਅੱਲਾ ਹਾਫਿਜ਼, ਲਾਈਕ ਕਰੋ, ਸ਼ੇਅਰ ਕਰੋ, ਅਤੇ ਫੋਲੋ ਲਾਜ਼ਮੀ ਕਰ ਲਿਓ ਆਪਣੇ ਵੀਰ ਨੂੰ, ਠੀਕ ਹੋ ਗਿਆ ਉਹ।